ਸਿਰ ਦੀ ਦਸਤਾਰ ਪੰਜਾਬ ਦੀ ਪਹਿਚਾਣ ਹੈ ਅਤੇ ਇਸ ਰਵਾਇਤੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਨੇ ਪੰਜਾਬ ਦੇ ਕੁਝ ਸ਼ੌਂਕੀ ਨੌਜਵਾਨ। ਜੀ ਹਾਂ, ਗੱਲ ਕਰ ਰਹੇ ਹਾਂ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੂੰ ਨਾ ਸਿਰਫ ਸੋਹਣੀ ਪੱਗ ਬੰਨਣ ਵਿੱਚ ਮੁਹਾਰਤ ਹਾਸਲ ਹੈ ਸਗੋਂ ਪੰਜਾਬ ਦੇ ਵਡਮੁੱਲੇ ਵਿਰਸੇ ਨੂੰ ਸੰਭਾਲਣ ਦੇ ਨਾਲ ਨਾਲ ਇਸ ਤੋਂ ਆਪਣਾ ਰੋਜ਼ਗਾਰ ਵੀ ਚਲਾ ਰਹੇ ਨੇ। ਕਹਿੰਦੇ ਨੇ ਜੇਕਰ ਦਿਲ ਵਿੱਚ ਹੋਵੇ ਕੁਝ ਕਰ ਗੁਜ਼ਰਨ ਦਾ ਜਨੂਨ ਤਾਂ ਇਨਸਾਨ ਉਹ ਸਭ ਕੁਝ ਕਰ ਸਕਦਾ ਹੈ ਜਿਸ ਦਾ ਕਦੇ ਉਸਨੇ ਸੁਪਨਾ ਦੇਖਿਆ ਹੋਵੇ। ਪੰਜਾਬ ਦੇ ਇਹ ਨੌਜਵਾਨ ਵੀ ਨਾ ਸਿਰਫ ਆਪਣੇ ਸ਼ੌਂਕ ਨੂੰ ਪੂਰਾ ਕਰਦੇ ਨੇ ਸਗੋਂ ਸੋਹਣੀ ਪੱਗ ਬੰਨਣੀ ਹੁਣ ਇਹਨਾਂ ਦਾ ਜਨੂਨ ਬਣ ਗਿਆ ਹੈ। ਪੰਜਾਬੀ ਤਾਂ ਉਂਝ ਹੀ ਪੂਰੀ ਦੁਨੀਆ ਤੇ ਆਪਣੀ ਟੌਰੇ ਵਾਲੀ ਪੱਗ ਨਾਲ ਜਾਣੇ ਜਾਂਦੇ ਨੇ ਅਤੇ ਇਹਨਾਂ ਨੌਜਵਾਨਾਂ ਦੀ ਟੋਲੀ ਨੂੰ ਖੂਬਸੂਰਤ ਪੱਗ ਬੰਨਣ ਵਿੱਚ ਤਾਂ ਮੁਹਾਰਤ ਹਾਸਲ ਹੈ। ਇਹ ਨੌਜਵਾਨ ਵੰਨ ਸਵੰਨੀਆਂ ਪੱਗਾਂ ਬੰਨ ਕੇ ਕਈ ਵਾਰ ਸਨਮਾਨਿਤ ਹੋ ਚੁੱਕੇ ਨੇ ਅਤੇ ਹੁਣ ਇਹਨਾਂ ਨੇ ਇਸ ਸ਼ੌਕ ਨੂੰ ਹੀ ਆਪਣਾ ਧੰਦਾ ਬਣਾ ਲਿਆ ਹੈ। ਤੇ ਆਓ ਫਿਰ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਨੌਜਵਾਨਾਂ ਦੇ ਹੱਥ ਦੇ ਹੁਨਰ ਦੀ ਇਹ ਖੂਬਸੂਰਤੀ। ਇਸ ਨੌਜਵਾਨ ਦਾ ਨਾਮ ਹੈ ਮਨਜੀਤ ਸਿੰਘ ਅਤੇ ਇਸ ਵੱਲੋਂ ਕੀਤੀ ਜਾਣ ਵਾਲੀ ਕਲਾਕ੍ਰਿਤੀ ਵਾਕਿਆ ਹੀ ਤੁਹਾਡਾ ਮਨ ਜਿੱਤ ਲਏਗੀ। ਪੱਗ ਦਾ ਸਟਾਈਲ ਚਾਹੇ ਕੋਈ ਵੀ ਹੋਵੇ, ਮਨਜੀਤ ਦੇ ਖੱਬੇ ਹੱਥ ਦੀ ਖੇਡ ਹੈ। ਜੇ ਨਹੀਂ ਯਕੀਨ ਤਾਂ ਤੁਸੀਂ ਖੁਦ ਹੀ ਦੇਖ ਲਓ। ਆਪਣੇ ਹੀ ਹੱਥ ਨਾਲ ਪੂਣੀ ਕਰਨੀ ਅਤੇ ਫਿਰ ਆਪਣੇ ਹੀ ਸਿਰ ਤੇ ਪੱਗ ਸਜਾਉਂਦੇ ਹੋਏ ਤਾਂ ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ, ਪਰ ਇਸ ਨੌਜਵਾਨ ਦਾ ਹੁਨਰ ਦੇਖੋ। ਪੱਗ ਬੰਨਣ ਲਈ ਨਾ ਇਸ ਨੂੰ ਕਿਸੇ ਸ਼ੀਸ਼ੇ ਦੀ ਲੋੜ ਹੈ ਅਤੇ ਨਾ ਹੀ ਕਿਸੇ ਖਾਸ ਥਾਂ ਦੀ। ਬਿਨਾਂ ਸ਼ੀਸ਼ੇ ਤੋਂ ਅਤੇ ਤੁਰਦੇ ਫਿਰਦੇ ਤੇ ਜਾਂ ਫਿਰ ਕਿਸੇ ਵੀ ਵਾਹਨ ਤੇ ਬੈਠ ਕੇ ਪੱਗ ਬੰਨ ਰਿਹਾ ਇਹ ਨੌਜਵਾਨ ਸਭ ਨੂੰ ਹੈਰਾਨ ਕਰ ਦਿੰਦਾ ਹੈ। ਮਲਕੀ ਜਦੋਂ ਕਾਲਜ ਜਾਂਦੇ ਹੁੰਦੇ ਸਨ, ਮਲਕੀ ਸੋਹਣੀ ਪੱਗ ਬੰਨ ਕੇ ਜਾਂਦੇ ਸੀ। ਇਹਨਾਂ ਵੱਲ ਵੇਖ ਵੇਖ ਕੇ ਮੇਰਾ ਵੀ ਸ਼ੌਂਕ ਜਾ ਕੇ ਕਿ ਮੈਂ ਸੋਹਣੀ ਪੱਗ ਬੰਨਾ। ਫਿਰ ਉਸ ਤੋਂ ਕਲਗੀਆਂ ਵਾਲੇ ਦੇ ਮੇਰਾ ਸਦਕਾ ਵੀ ਮੈਂ ਮਲਕੀ ਗਾਂ ਵੱਧਦਾ 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 ਇਸ ਤਰ੍ਹਾਂ ਮਲਕੀ ਆਪਣੇ ਗਾਂ ਟੈਲੈਂਟ ਨੂੰ ਲੈ ਕੇ। ਚਲੋ ਜੀ, ਹੁਣ ਤੁਹਾਨੂੰ ਦਿਖਾਉਂਦੇ ਹਾਂ ਇਸ ਨੌਜਵਾਨ ਦੇ ਪੱਗ ਬੰਨਣ ਦਾ ਇੱਕ ਹੋਰ ਅਨੋਖਾ ਤਰੀਕਾ, ਜਿਸ ਨੂੰ ਦੇਖ ਕੇ ਤੁਸੀਂ ਆਪਣੇ ਦੰਦਾਂ ਹੇਠਾਂ ਉਂਗਲੀ ਚਬਾਉਣ ਲਈ ਮਜਬੂਰ ਹੋ ਜਾਓਗੇ। ਦਰਅਸਲ ਮਨਜੀਤ ਸਿੰਘ ਪਹਿਲਾਂ ਆਪਣੀਆਂ ਅੱਖਾਂ ਤੇ ਕਾਲੇ ਰੰਗ ਦੀ ਪੱਟੀ ਬੰਨ ਲੈਂਦਾ ਹੈ ਅਤੇ ਜਦੋਂ ਫਿਰ ਕੁਝ ਵੀ ਨਜ਼ਰ ਨਹੀਂ ਆਉਂਦਾ ਤਾਂ ਫਿਰ ਪੈਦਾ ਕਰਦਾ ਹੈ ਆਪਣੀ ਅਨੋਖੀ ਮਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਸ ਦੀ ਸਿੱਖੀ ਦਾ ਦਾਣ ਬਖਸ਼ਿਆ, ਸਾਡੇ ਬਜ਼ੁਰਗਾਂ ਨੇ ਇਸ ਵਿਰਾਸਤ ਨੂੰ ਸੰਭਾਲਿਆ। ਮੇਰਾ ਵੀ ਸ਼ੁਰੂ ਤੋਂ ਸ਼ੌਂਕ ਸੀ ਮੈਂ ਆਪਣੇ ਸੋਹਣੇ ਸਿਰ ਤੇ ਦਸਤਾਰ ਸਜਾਵਾਂ, ਸਾਬਤ ਸੁਰਤ ਸਿੱਖ ਬਣਾ, ਤੇ ਹੁਣ ਮੈਂ ਆਪਣੇ ਇਸ ਵਿਰਾਸਤ ਨੂੰ ਸੰਭਾਲ ਰਿਹਾ ਹਾਂ। ਸਾਡੇ ਬਜ਼ੁਰਗਾਂ ਨੇ ਇਸ ਪਰੰਪਰਾ ਨੂੰ ਕਾਇਮ ਰੱਖਿਆ, ਹੁਣ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹ ਪਰੰਪਰਾ ਨੂੰ ਕਾਇਮ ਰੱਖੀਏ। ਪੱਗ ਸਿੱਖਾਂ ਦੀ ਸ਼ਾਨ ਹੈ ਅਤੇ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਨੇ ਇਹ ਨੌਜਵਾਨ। ਇਹਨਾਂ ਨੌਜਵਾਨਾਂ ਨੇ ਸਿੱਖਾਂ ਦੇ ਸਿਰ ਦਾ ਤਾਜ ਪੱਗ ਦੀ ਆਣ ਬਾਣ ਅਤੇ ਸ਼ਾਨ ਨੂੰ ਚਾਰ ਚੰਦ ਲਾਉਣ ਦਾ ਜੋ ਬੀੜਾ ਚੁੱਕਿਆ ਹੈ, ਇਸ ਨਾਲ ਨਾ ਸਿਰਫ ਅੱਜ ਦੀ ਨੌਜਵਾਨ ਪੀੜ੍ਹੀ ਦਸਤਾਰ ਵੱਲ ਖਿੱਚਦੀ ਚੱਲੀ ਆ ਰਹੀ ਹੈ, ਸਗੋਂ ਦਸਤਾਰ ਦੀ ਪਹਿਚਾਣ ਨੂੰ ਹੋਰ ਉਭਾਰਨ ਲਈ ਵੀ ਇਸ ਨੂੰ ਇੱਕ ਸ਼ਲਾਘਾਯੋਗ ਕਦਮ ਮੰਨਿਆ ਜਾ ਸਕਦਾ ਹੈ। ਨਿਊਜ਼ ਡੈਸਕ ਤੋਂ ਨਿਰਮਲ ਸੰਧੂ, ਚੜ੍ਹਦੀ ਕਲਾ, ਟਾਈਮ ਟੀਵੀ।